ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ। ਮੈਂ ਹਾਂ ਦੇਵਿਕਾ ਜੈਨ ਤੇ ਹੁਣ ਸਭ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ। ਦਬੁਰਜੀ ਫਾਇਰਿੰਗ ਮਾਮਲੇ ਸੰਬੰਧੀ ਸਪੈਸ਼ਲ ਡੀਜੀਪੀ ਨੇ ਅੰਮ੍ਰਿਤਸਰ ਦਾ ਕੀਤਾ ਦੌਰਾ। ਐਨਆਰਆਈ ਤੇ ਹੋਈ ਗੋਲੀਬਾਰੀ ਦੇ ਦੋਸ਼ੀ ਗ੍ਰਿਫਤਾਰ, ਕਮਿਸ਼ਨਰ ਪੁਲਿਸ ਨੇ ਦਿੱਤੀ ਜਾਣਕਾਰੀ। ਤਰਨ ਤਾਰਨ ਵਿੱਚ ਫਿਰੌਤੀ ਮੰਗਣ ਵਾਲਾ ਦੋਸ਼ੀ ਚੜਿਆ ਪੁਲਿਸ ਦੇ ਹੱਥੇ, ਐਸਐਸਪੀ ਗੌਰਵ ਤੂਰਾ ਨੇ ਕੀਤੀ ਪ੍ਰੈਸ ਕਾਨਫਰੰਸ। ਅਤੇ ਹੁਣ ਖਬਰਾਂ ਵਿਸਤਾਰ ਨਾਲ। ਅੰਮ੍ਰਿਤਸਰ ਦੇ ਪਿੰਡ ਦਬੁਰਜੀ ਫਾਇਰਿੰਗ ਮਾਮਲੇ ਵਿੱਚ ਰਜਿੰਦਰ ਤੋਕੇ, ਆਈਪੀਐਸ, ਸਪੈਸ਼ਲ ਡੀਜੀਪੀ, ਇੰਟਰਨਲ ਸਿਕਿਉਰਿਟੀ ਪੰਜਾਬ ਨੇ ਅੰਮ੍ਰਿਤਸਰ ਦਾ ਦੌਰਾ ਕੀਤਾ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਅਤੇ ਉਹਨਾਂ ਆਖਿਆ ਕਿ ਪੰਜਾਬ ਪੁਲਿਸ ਵੱਲੋਂ ਹਰ ਕੇਸ ਨੂੰ ਟਰੇਸ ਕੀਤਾ ਗਿਆ ਅਤੇ ਇਸ ਮਾਮਲੇ ਨੂੰ ਵੀ ਜਲਦ ਟਰੇਸ ਕਰ ਲਿਆ ਜਾਵੇਗਾ। ਇਸ ਕੇਸ ਦੇ ਵਿੱਚ ਅਸੀਂ ਵੱਖ ਵੱਖ ਥਾਵਾਂ 'ਤੇ ਟੀਮੇ ਭੇਜੀ ਹੈਗੀ, ਤਰਨ ਤਾਰਨ, ਜਲੰਧਰ, ਕਪੂਰਥਲਾ, ਅੰਮ੍ਰਿਤਸਰ ਰੂਰਲ, ਲੋਕਲ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੀ। ਤਾਂ ਇਹਦੇ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਕਿ ਜਿਹੜੇ ਦੋ ਵਿਅਕਤੀ ਇੱਥੇ ਆਏ ਸੀਗੇ ਜਿਨ੍ਹਾਂ ਨੇ ਮੋਰਨਿੰਗ ਵਿੱਚ ਆ ਕੇ ਗੋਲੀ ਚਲਾਈ, ਅਸੀਂ ਬੜੀ ਮਿਹਨਤ ਨਾਲ ਉਹਨਾਂ ਦੇ ਨਾਂ ਪਤਾ ਕੀਤੇ ਹੈਗੇ ਅਤੇ ਦੋਨਾਂ ਦੀ ਪਹਿਚਾਣ ਹੋ ਚੁੱਕੀ ਹੈ। ਜਿਹੜੇ ਦੋ ਦੋਸ਼ੀ ਹੈ ਉਹਨਾਂ ਦੀ ਪਹਿਚਾਣ ਹੋ ਚੁੱਕੀ ਹੈ ਅਤੇ ਇਟ ਜਸਟ ਮੈਟਰ ਆਫ ਟਾਈਮ ਕਿ ਅਸੀਂ ਉਹਨਾਂ ਨੂੰ ਕਦੋਂ ਫੜਦੇ ਹੈਗੇ। ਅਤੇ ਸੀਪੀ ਅੰਮ੍ਰਿਤਸਰ ਉਹਨਾਂ ਦੀ ਟੀਮ, ਸਾਡੀ ਟੀਮ ਇਹਦੇ ਵਿੱਚ ਲੱਗੀ ਹੈਗੀ ਅਤੇ ਹੋਪਫੁਲੀ ਬਹੁਤ ਛੇਤੀ ਅਸੀਂ ਉਹਨਾਂ ਨੂੰ ਫੜ ਲਵਾਂਗੇ। ਐਫ ਆਈ ਆਰ ਦੀ ਡਿਟੇਲ ਸੀਪੀ ਸਾਹਿਬ ਤੁਹਾਨੂੰ ਦੱਸਣਗੇ, ਰਾਈਟ। ਬਾਕੀ ਚੰਡੀਗੜ੍ਹ ਦੀ ਟੀਮ ਵੀ ਕੰਮ ਕਰੇ ਜਾ ਰਹੀ ਇਸ ਕੇਸ 'ਤੇ। ਡੀ ਜੀ ਪੀ ਸਾਹਿਬ ਵੱਲੋਂ ਬੜੇ ਸਖਤ ਆਰਡਰ ਸੀਗੇ ਕਿ ਇਸ ਕੇਸ ਨੂੰ ਛੇਤੀ ਟਰੇਸ ਕੀਤਾ ਜਾਵੇ। ਸਾਡੀ ਟੀਮਸ ਇਹਦੇ ਵਿੱਚ ਕੰਮ ਕਰ ਰਹੀ ਹੈ, ਇਸ ਕਰਕੇ ਅਸੀਂ 12 ਘੰਟੇ ਦੇ ਵਿੱਚ ਹੀ ਬੰਦੇ ਦੀ ਪਛਾਣ ਕਰ ਚੁੱਕੇ ਦੋਸ਼ੀਆਂ ਦੀ। ਅਤੇ ਬਾਕੀ ਟੀਮੇ ਲੱਗੀ ਹੈਗੀ ਅਤੇ ਛੇਤੀ ਉਹਨਾਂ ਨੂੰ ਫੜ ਲਾਂਗੇ। ਅੰਮ੍ਰਿਤਸਰ ਦੇ ਪਿੰਡ ਦਬੁਰਜੀ ਵਿਖੇ ਐਨਆਰਆਈ ਸੁਖਚੈਨ ਸਿੰਘ ਦੇ ਘਰ ਵਿੱਚ ਦੋ ਨੌਜਵਾਨਾਂ ਵੱਲ ਗੋਲੀਆਂ ਚਲਾ ਕੇ ਉਸ ਤੇ ਹਮਲਾ ਕੀਤਾ ਗਿਆ ਸੀ, ਜਿਸ ਦੀ ਸੀਸੀਟੀਵੀ ਵੀਡੀਓ ਵਾਇਰਲ ਹੋਈ ਸੀ। ਇਸ ਮਾਮਲੇ ਨੂੰ ਲੈ ਕੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਅਤੇ ਡੀਜੀਪੀ ਪੰਜਾਬ ਵੱਲੋਂ ਸੁਰੱਖਿਆ ਦੇ ਕਰੜੇ ਪ੍ਰਬੰਧਾਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਜਿਹੜੇ ਸੀਸੀਟੀਵੀ ਕੈਮਰੇ ਵਿੱਚ ਨੌਜਵਾਨ ਦਿਖਾਈ ਦੇ ਰਹੇ ਸਨ ਉਹਨਾਂ ਦੀ ਸ਼ਨਾਖਤ ਕੀਤੀ ਗਈ ਅਤੇ ਉਹਨਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ। ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਕੱਲ ਜਿਹੜਾ ਇੱਥੇ ਸੁਖਚੈਨ ਸਿੰਘ ਐਨਆਰਆਈ ਤੇ ਇੱਕ ਹਮਲਾ ਹੋਇਆ ਸੀ, ਉਸ ਉਹਨਾਂ ਦੇ ਹਮਲਾਵਰ ਅਤੇ ਇਸ ਕੇਸ ਨੂੰ ਟਰੇਸ ਕਰਨ ਲਈ ਮਾਨਯੋਗ CM ਸਾਹਿਬ ਪੰਜਾਬ ਅਤੇ ਮਾਨਯੋਗ DGP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ 'ਤੇ ਇਹਦੇ ਫੌਰੀ ਐਕਸ਼ਨ ਕਰਕੇ ਉਹਨਾਂ ਦੀਆਂ ਹਦਾਇਤਾਂ ਮੁਤਾਬਕ ਇਹਨੂੰ ਜਲਦੀ ਤੋਂ ਜਲਦੀ ਟਰੇਸ ਕਰਨ ਲਈ ਹਦਾਇਤ ਹੋਈ ਸੀ, ਜਿਹਦੇ ਤਹਿਤ ਸ਼੍ਰੀ ਟੋਕੇ ਸਾਹਿਬ, ਸਪੈਸ਼ਲ DG ਸਾਹਿਬ ਇੱਥੇ ਕੱਲ੍ਹ ਵਿਜਿਟ ਕੀਤੇ ਸੀ, ਕਮਿਸ਼ਨਰੇਟ ਅੰਮ੍ਰਿਤਸਰ ਅਤੇ ਉਹਨਾਂ ਇੰਟਰਨਲ ਸਿਕਿਉਰਿਟੀ ਦੀਆਂ ਜਿਹੜੀਆਂ ਟੀਮਾਂ ਨੇ ਉਹਨਾਂ ਨੇ ਰਲ ਕੇ ਇਸ ਕੇਸ ਦੀ ਤਹਿ ਤੱਕ ਪਹੁੰਚਦਿਆਂ ਹੋਇਆਂ ਪਹਿਲੇ 7 ਘੰਟਿਆਂ ਦੇ ਵਿੱਚ ਹੀ ਜਿਹੜੇ ਹਮਲਾਵਰ ਸੀ ਦੋਨੇ
ਉਹਨਾਂ ਨੂੰ ਆਇਡੈਂਟੀਫਾਈ ਕਰ ਲਿਆ। ਦੋਨੇ ਹਮਲਾਵਰ ਜਿਹੜੇ ਉਹ ਸੁਖਵਿੰਦਰ ਏਲੀਅਸ ਸੁੱਖਾ ਗ੍ਰਨੇਡ ਡਿਸਟ੍ਰਿਕਟ ਕਪੂਰਥਲਾ, ਗੁਰਕੀਰਤ ਸਿੰਘ ਏਲੀਅਸ ਗੁਰੀ ਇਹ ਜਲੰਧਰ ਬਰੇਟਾ ਪਿੰਡ ਦਾ ਹੈਗੇ ਆ। ਇਹ ਦੋਨਾਂ ਬੰਦਿਆਂ ਨੇ ਇੱਥੇ ਅਟੈਕ ਕੀਤਾ ਸੀ। ਇਹਨਾਂ ਦੇ ਅਟੈਕ ਕਰਨ ਦੀ ਵਜ੍ਹਾ ਉਹੀ ਜੋ ਪਰਿਵਾਰ ਨੇ ਲਿਖਾਇਆ ਸੀ ਵੀ ਉਹਨਾਂ ਦੀ ਜਿਹੜੀ ਪਹਿਲੀ ਡਾਟਰ ਇਨ ਲਾਅ ਜੀ ਦੀ ਡੈਥ ਹੋ ਗਈ ਸੀ, ਉਹ ਪਰਿਵਾਰ ਵੀ USA 'ਚ ਰਹਿੰਦੇ ਆ ਉਹਨਾਂ ਦੇ। ਉਹਨਾਂ ਨੇ USA ਤੋਂ ਹੀ ਇਸ ਵਿਅਕਤੀਆਂ ਨੂੰ ਅਰੇਂਜ ਕਰਕੇ, ਇਹਨਾਂ ਨੂੰ ਪੇਮੈਂਟ ਕਰਕੇ, ਇਹਨਾਂ ਨੂੰ ਉਹਨਾਂ ਨੂੰ ਕਿਲਿੰਗ ਕਰਨ ਦੇ ਲਈ ਉਹਨਾਂ ਨੇ ਭੇਜਿਆ ਸੀਗਾ। ਉਹਦੇ ਜਿਹੜੀ ਆ ਦੋਨਾਂ ਨੇ ਫਾਇਰਿੰਗ ਕੀਤੀ ਆ। ਉਹ ਦੋਨੇ ਬੰਦਿਆਂ ਦੇ ਪਿੱਛੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ। ਇਸ ਇਨਵੈਸਟੀਗੇਸ਼ਨ ਨੂੰ ਅੱਗੇ ਕਰਦੇ ਹੋਏ ਅਸੀਂ 5 ਬੰਦੇ ਰਾਊਂਡ ਅਪ ਕਰ ਲਏ ਨੇ, ਜਿਨ੍ਹਾਂ 'ਚ 2 ਬੰਦੇ ਉਹ ਨੇ ਜਿਨ੍ਹਾਂ ਤੋਂ ਇਹਨਾਂ ਨੇ ਕ੍ਰਾਈਮ ਕਰਨ ਤੋਂ ਪਹਿਲਾਂ ਸਹਾਇਤਾ ਲਈ ਸੀ। ਉਹ ਬੰਦਿਆਂ ਦੇ ਨਾਂ ਹਨ ਜਗਜੀਤ ਏਲੀਅਸ ਜੱਗੂ, ਪੁੱਤਰ ਅਮਰੀਕ ਸਿੰਘ, ਸਦਰ ਤਰਨ ਤਾਰਨ, ਇੱਕ ਚਮਕੌਰ ਸਿੰਘ ਏਲੀਅਸ ਛੋਟੂ, ਇਹ ਵੀ ਸਦਰ ਤਰਨ ਤਾਰਨ ਦਾ। ਇਹ ਕ੍ਰਾਈਮ ਕਰਨ ਤੋਂ ਪਹਿਲਾਂ ਉੱਥੋਂ ਇਹਨਾਂ ਬੰਦਿਆਂ ਨੇ ਇਹਦੀ ਸਹਾਇਤਾ ਕੀਤੀ ਸੀ, ਅਤੇ ਇਸੇ ਤਰ੍ਹਾਂ ਇਹ ਕ੍ਰਾਈਮ ਕਰਨ ਤੋਂ ਪਹਿਲਾਂ ਅਤੇ ਕ੍ਰਾਈਮ ਕਰਨ ਤੋਂ ਬਾਅਦ ਇੱਕ ਅੰਮ੍ਰਿਤਸਰ ਦਾ ਹੋਟਲ ਦਿਗੰਬਰ ਅਤਰੀ ਜਿਹੜਾ ਕਿ ਹੋਟਲ ਦਾ ਮਾਲਕ ਹੈਗੇ ਆ, ਇਵੇਂ ਅਭਿਲਾਖਸ਼ ਭਾਸਕਰ ਜਿਹੜਾ ਕਿ ਉੱਥੇ ਮੈਨੇਜਰ ਆ, ਇਸ ਹੋਟਲ ਵਾਲਿਆਂ ਨੇ ਇਹਨਾਂ ਨੂੰ ਪਨਾਹ ਦਿੱਤੀ ਆ। ਇਹਨਾਂ ਨੂੰ 22 ਅਤੇ 23 ਤਰੀਕ ਨੂੰ ਇਹਨਾਂ ਨੂੰ ਬਿਨਾਂ ਕਿਸੇ ID, ਬਿਨਾਂ ਕਿਸੇ ਇਹਨਾਂ ਦੀ ਕੋਈ ਆਈਡੈਂਟੀ ਤੋਂ ਇਹਨਾਂ ਨੇ ਰੱਖਿਆ, ਅਤੇ ਕ੍ਰਾਈਮ ਕਰਨ ਤੋਂ ਬਾਅਦ ਫਿਰ ਇਹ ਵਿਅਕਤੀ ਉੱਥੇ ਆਏ ਨੇ। ਕ੍ਰਾਈਮ ਕਰਨ ਤੋਂ ਬਾਅਦ ਇੱਕ ਜਦੋਂ ਕ੍ਰਾਈਮ ਹੋ ਗਿਆ, ਇਹਨਾਂ ਦੀ ਬਾਹਰ ਕਨਫਰਮੇਸ਼ਨ ਹੋਣ ਤੋਂ ਬਾਅਦ ਇਹਨਾਂ ਵਿਅਕਤੀਆਂ ਨੂੰ ਅਮੈਰੀਕਾ ਤੋਂ ਇੱਥੇ ਕੁਛ ਟ੍ਰਾਂਜੈਕਸ਼ਨਾਂ ਜਿਹੜੀਆਂ ਉਹ ਰਿਸੀਵ ਹੋਈਆਂ, ਉਹ ਵੀ ਪੁਲਿਸ ਨੇ ਤੈਅ ਕਰਕੇ ਉਹਨਾਂ ਦੇ ਸਿੱਟੇ ਤੱਕ ਪਹੁੰਚ ਗਿਆ ਵੀ ਇਹ ਜਿਹੜੇ ਲਿੰਕ ਨੇ ਪੇਮੈਂਟ ਕਰਨ ਵਾਲੇ, ਕ੍ਰਾਈਮ ਕਰਾਉਣ ਵਾਲੇ, ਇਹ ਸੁਖਚੈਨ ਦੇ ਜਿਹੜੇ ਪਹਿਲੇ ਇਨ ਲੋਜ ਨੇ ਜਿਹੜੇ ਕਿ ਅਮੈਰੀਕਾ 'ਚ ਵੱਸਦੇ ਨੇ, ਇਹ ਉਹਨਾਂ ਦੀਆਂ ਡਾਇਰੈਕਸ਼ਨਾਂ 'ਤੇ ਉਹਨਾਂ ਦੇ ਕਹਿਣ ਮੁਤਾਬਕ ਅਤੇ ਉਹਨਾਂ ਤੋਂ ਇਹ ਔਰਗੇਨਾਈਜ਼ ਕ੍ਰਾਈਮ ਜਿਹੜਾ ਇਹ ਕਰਵਾਇਆ ਗਿਆ। ਇਸ ਤਰ੍ਹਾਂ ਇਹ 2 NRI ਪਰਿਵਾਰ ਨੇ, ਇੱਕ NRI ਪਰਿਵਾਰ ਨੇ ਦੂਸਰੇ NRI ਪਰਿਵਾਰ ਨੂੰ ਆਪਸੀ ਪਰਿਵਾਰਕ ਰੰਜਿਸ਼ ਦੇ ਤਹਿਤ ਜਦੋਂ ਉਹ ਇੰਡੀਆ ਆਇਆ ਇੱਥੋਂ ਦੇ ਬੰਦੇ ਹਾਇਰ ਕਰਕੇ ਇਹ ਕ੍ਰਾਈਮ ਨੂੰ ਅੰਜਾਮ ਦਿੱਤਾ। ਅਸੀਂ 5 ਬੰਦੇ ਆ ਜਿਹੜੇ ਇਹਨਾਂ ਦੇ ਜਿਹੜੇ ਤੁਹਾਨੂੰ ਦੱਸੇ ਆ, ਇਹ 5 ਅਰੈਸਟ ਕਰ ਲਏ ਆ, ਅਤੇ 3 ਬੰਦੇ ਆ ਜਿਹੜੇ ਉਹ ਆਲਰੇਡੀ USA 'ਚ ਆ। ਜਿਹੜੇ 2 ਹਮਲਾਵਰ ਆ, ਸਾਡੀਆਂ ਟੀਮਾਂ ਟੈਕਨੀਕਲ ਅਸਿਸਟੈਂਸ ਦੇ ਨਾਲ, ਕਾਊਂਟਰ ਇੰਟੈਲੀਜੈਂਸ ਸਾਡੀਆਂ ਅਤੇ ਕਮਿਸ਼ਨਰੇਟ ਦੇ ਹੋਰ ਜਿਹੜੇ ਯੂਨਿਟਸ ਆ, ਆਪਸੀ ਤਾਲਮੇਲ ਕਰਕੇ ਅਸੀਂ ਉਹਨਾਂ ਦੇ ਪਿੱਛੇ ਲੱਗੇ ਹੋਏ ਹਾਂ। ਸਾਨੂੰ ਉਮੀਦ ਆ ਉਹਨਾਂ ਨੂੰ ਵੀ ਬਹੁਤ ਜਲਦੀ ਅਸੀਂ ਫੜ ਕੇ ਸਿੱਖਾਂ ਦੇ ਅੰਦਰ ਦੇਵਾਂਗੇ। ਤਰਨ ਤਾਰਨ ਪੁਲਿਸ ਵੱਲੋਂ ਲੋਕਾਂ ਨੂੰ ਡਰਾ ਧਮਕਾ ਕੇ ਫਿਰੌਤੀਆਂ ਮੰਗਣ ਵਾਲੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਮਾਮਲਾ ਦਰਜ ਕੀਤਾ ਗਿਆ। ਇਸ ਸੰਬੰਧੀ ਤਰਨ ਤਾਰਨ ਦੇ SSP ਗੌਰਵ ਤੂਰਾ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਇੱਕ ਗੁੱਟ ਹੈਗਾ ਹੈ ਜਿਹੜਾ ਕਿ ਤਰਨ ਤਾਰਨ ਸ਼ਹਿਰ ਦੇ ਵਿੱਚ ਕਾਫੀ ਲੋਕਾਂ ਤੋਂ ਜਿਹੜਾ ਫਿਰੌਤੀਆਂ ਮੰਗਦਾ ਸੀ ਉਹ ਅਸੀਂ ਜਿਹੜਾ ਬਸਟ ਕੀਤਾ ਹੈਗਾ। ਕੱਲ੍ਹ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਜਿਹੜੇ ਕੰਪਲੇਨੈਂਟ ਹੈਗੇ ਆ ਉਹਨਾਂ ਨੂੰ ਇੱਕ ਐਕਸਟੋਰਸ਼ਨ ਕਾਲ ਆਈ ਸੀ ਇੱਕ ਵਰਚੁਅਲ ਨੰਬਰ ਤੋਂ, ਜਿਹਦੇ ਵਿੱਚ ਕਾਲਰ ਨੇ ਉਹਨਾਂ ਤੋਂ 10 ਲੱਖ ਰੁਪਏ ਦੀ ਜਿਹੜੀ ਫਿਰੌਤੀ ਮੰਗੀ ਸੀ। ਇਮੀਡੀਏਟਲੀ ਇੱਥੇ ਕਾਰਵਾਈ ਕਰਦੇ ਹੋਏ ਤਰਨ ਤਾਰਨ ਪੁਲਿਸ ਨੇ ਪਰਚਾ ਦਰਜ ਕੀਤਾ ਹੈਗਾ। ਵਰਚੁਅਲ ਨੰਬਰ ਦੀ ਜਿਹੜੀ ਡੂੰਘਾਈ ਨਾਲ ਜਿਹੜੀ ਟੈਕਨੀਕਲ ਅਨਾਲਿਸਿਸ ਕਰਦੇ ਹੋਏ ਅਤੇ ਹਿਊਮਨ ਇੰਟੈਲੀਜੈਂਸ ਨਾਲ ਕਾਫੀ ਡੂੰਘਾਈ 'ਚ ਤਫਤੀਸ਼ ਕੀਤੀ ਗਈ ਹੈ। ਜ਼ੀਰੋ ਡਾਊਨ ਕਰਕੇ ਜਿਹੜਾ ਅਸਲ ਦੋਸ਼ੀ ਅਸੀਂ ਟਰੇਸ ਕਰ ਲਏ ਹੈਗੇ ਆ। ਜਿਹੜਾ ਮੇਨ ਦੋਸ਼ੀ ਹੈਗਾ, 2 ਦੋਸ਼ੀ ਹੈਗੇ ਆ। ਪਹਿਲਾ ਦੋਸ਼ੀ ਹੈਗਾ ਬਿੱਲੂ ਪੁੱਤਰ ਬਲਦੇਵ ਸਿੰਘ, ਸੱਚਖੰਡ ਰੋਡ ਤਰਨ ਤਾਰਨ ਦਾ ਰਹਿਣ ਵਾਲਾ ਹੈਗਾ ਹੈ। ਅਤੇ ਦੂਜਾ ਜਿਹੜਾ ਦੋਸ਼ੀ ਹੈਗਾ ਉਹ ਜੂਬੇਨਾਈਲ ਹੈਗਾ ਹੈ, ਚਾਈਲਡ ਇਨ ਕੌਨਫਲਿਕਟ ਵਿਦ ਲੋਅ।
ਤੇ ਦੋਵੇਂ ਜਿਹੜੇ ਅਸੀਂ ਐਪਰੀਹੈਂਡ ਵੀ ਕਰ ਲਏ ਹੈਗੇ ਆ। ਇਹਨਾਂ ਕੋਲੋਂ ਜਿਹੜਾ ਮਲਟੀਪਲ ਫੋਨਸ, ਜਿਹੜੇ 3 ਫੋਨਸ ਰਿਕਵਰ ਹੋਏ ਹੈ, ਇਹਦੇ ਵਿੱਚ ਇਹ ਜਿਹੜਾ ਰੈਗੂਲਰ ਨੰਬਰ ਵੀ ਯੂਜ਼ ਕਰਦੇ ਸੀ ਅਤੇ ਵਰਚੁਅਲ ਨੰਬਰਸ ਵੀ ਯੂਜ਼ ਕਰਦੇ ਸੀਗੇ। ਅਤੇ ਉਹ ਸਾਰੀ ਜਿਹੜੀ ਡਿਟੇਲ ਹੈਗੀ ਹੈ, ਜਿਹੜੇ ਫੋਨ ਤੋਂ ਕਾਲ ਹੋਈ ਹੈ, ਸਾਰਾ ਜਿਹੜਾ ਰਿਕਵਰ ਹੋਇਆ ਹੈਗਾ। ਜਿਹੜਾ ਬਿੱਲੂ ਹੈਗਾ ਉਹ ਇੱਕ ਨਾਈ ਦਾ ਕੰਮ ਕਰਦਾ ਸੀਗਾ, ਤਾਂ ਜਿਹੜਾ ਜੁਗਨਾਈਲ ਹੈਗਾ ਉਹ ਇੱਕ ਮੋਬਾਈਲ ਸ਼ੌਪ 'ਤੇ ਕੰਮ ਕਰਦਾ ਸੀਗਾ। ਸਾਨੂੰ ਤਫਤੀਸ਼ ਦੇ ਦੌਰਾਨ ਦੋ ਵਰਚੁਅਲ ਨੰਬਰ ਮਿਲੇ ਹੈ ਜਿਨ੍ਹਾਂ ਤੋਂ ਇਹਨਾਂ ਨੇ ਹੋ ਸਕਦਾ ਹੈ ਕਾਲਾਂ ਕੀਤੀਆਂ ਹੋਣ। ਇੱਕ ਨੰਬਰ ਹੈ 90415-63026, ਇੱਕ ਇਹ ਵਰਚੁਅਲ ਨੰਬਰ ਸੀਗਾ। ਦੂਜਾ ਨੰਬਰ ਹੈ +60 1090 074 649, ਇਹ ਦੋ ਵਰਚੁਅਲ ਨੰਬਰਸ ਹੈਗੇ ਆ। ਮੈਂ ਸਾਰੇ ਤਰਨ ਤਾਰਨ ਵਾਸੀਆਂ ਨੂੰ ਅਪੀਲ ਕਰਾਂਗਾ ਕਿ ਜੇ ਤੁਹਾਨੂੰ ਇਸ ਨੰਬਰ ਤੋਂ ਕਦੇ ਵੀ ਕਿਸੇ ਨੂੰ ਕਾਲ ਆਈ ਹੈਗੀ ਹੈ, ਕਾਇੰਡਲੀ ਤੁਸੀਂ ਆਪਣੇ ਨੀਅਰੈਸਟ ਜਿਹੜੇ ਪੁਲਿਸ ਸਟੇਸ਼ਨ ਹੈ ਉਹਨਾਂ ਨੂੰ ਅਪਰੋਚ ਕਰੋ, ਉਹਦੀ ਵੀ ਅਸੀਂ ਡੂੰਘਾਈ ਨਾਲ ਜਿਹੜੀ ਤਫਤੀਸ਼ ਕਰਾਂਗੇ ਤੇ ਜਿਹੜੇ ਦੋਸ਼ੀ ਹੈਗੇ ਆ ਉਹਨੂੰ ਅਸੀਂ ਸਜ਼ਾ ਕਰਾਵਾਂਗੇ। ਆਪ ਸਾਹਿਬ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਤੇ ਗ੍ਰਾਹਕਾਂ ਨੂੰ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ। ਆਪ ਸਾਹਿਬ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾਹ ਤੇ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਹੈ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਿਕ ਨੂੰ ਇਤਲਾਹ ਦੇਵੋ। ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਜੀ ਵਿਖੇ ਸਮੂਹ ਪ੍ਰਬੰਧਕ ਕਮੇਟੀ ਅਤੇ ਸਰਦਾਰ ਬਲਦੇਵ ਸਿੰਘ ਪ੍ਰਧਾਨ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਅਤੇ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਗੁਰਤਾ ਗੱਦੀ ਦਿਵਸ 450 ਸਾਲਾ ਸ਼ਤਾਬਦੀ ਸਮਰਪਿਤ ਮਹਾਨ ਗੁਰਮਤ ਸਮਾਗਮ ਕਰਵਾਏ ਗਏ। ਇਸ ਮੌਕੇ ਓਮ ਪ੍ਰਕਾਸ਼ ਸੋਨੀ, ਵਿਕਾਸ ਸੋਨੀ, ਰਵੀ ਪ੍ਰਕਾਸ਼ ਆਸ਼ੂ, ਸਤੀਸ਼ ਬੱਲੂ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਸਭ ਸਮੂਹ ਸੰਗਤਾਂ, ਨਾਨਕ ਨਾਮ ਲੇਵਾ, ਜਿੰਨੀ ਵੀ ਸੰਗਤ ਹੈ ਸਾਰੇ ਸੱਚੇ ਪਾਤਸ਼ਾਹ ਅੱਜ ਇੱਥੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਵਾਸਤੇ ਆਈ ਹੈ। ਅੱਜ ਦਾ ਜੋ ਪ੍ਰੋਗਰਾਮ ਆ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਰੱਖਿਆ ਗਿਆ ਹੈ, ਇਹ ਪ੍ਰੋਗਰਾਮ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਜੋਤੀ ਜੋਤ ਪੁਰਬ ਅਤੇ ਗੁਰੂ ਰਾਮਦਾਸ ਜੀ ਦਾ ਗੁਰਤਾ ਗੱਦੀ ਦਿਵਸ ਦੇ ਸੰਬੰਧ ਵਿੱਚ 450 ਸਾਲਾਂ ਦੇ ਸਮਰਪਿਤ ਜੋ ਇਹ ਗੁਰਮਤਿ ਸਮਾਗਮ ਕਰਾਇਆ ਗਿਆ ਹੈ। ਪੰਚਨਦ ਰਿਸਰਚ ਇੰਸਟੀਚਿਊਟ ਸਟੱਡੀ ਸੈਂਟਰ ਅੰਮ੍ਰਿਤਸਰ ਵੱਲੋਂ ਮਾਧਵ ਵਿਦਿਆ ਨਿਕੇਤਨ ਸਕੂਲ ਵਿਖੇ ਬਾਂਗਲਾਦੇਸ਼ ਟੂ ਵੈਸਟ ਬੰਗਾਲ ਕ੍ਰਾਈਮ ਅਗੇਂਸਟ ਵੁਮੈਨ ਵਿਸ਼ੇ ਤੇ ਕਾਨਫਰੰਸ ਕਰਵਾਈ ਗਈ। ਇਸ ਮੌਕੇ ਡਾਕਟਰ ਵਿਨੇ ਕਪੂਰ ਮਹਿਤਾ, ਡਾਕਟਰ ਸੁਜਾਤਾ ਸ਼ਰਮਾ, ਡਾਕਟਰ ਸਿਮਰਪ੍ਰੀਤ ਸੰਧੂ, ਸੈਕਟਰੀ ਡਾਕਟਰ ਲੱਕੀ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ। ਉਸਕੇ ਬਾਰੇ ਮੈਂ ਬਾਤ ਕਰਨੇ ਕੇ ਲੀਏ, ਉਸਕੋ ਕੰਡੈਮ ਕਰਨੇ ਕੇ ਲੀਏ, ਔਰ ਉਸਕੇ ਬਾਅਦ ਜੋ ਹਮਾਰੇ ਆਪਣੇ ਹੀ ਦੇਸ਼ ਮੇਂ, ਹਮਾਰੇ ਆਪਣੇ ਹੀ ਦੇਸ਼ ਮੇਂ ਕਲਕੱਤਾ ਮੇਂ ਵੈਸਟ ਬੰਗਾਲ ਮੇਂ ਜੋ ਇੱਕ ਕਾਰਯਰਤ ਇੱਕ ਮਹਿਲਾ ਡਾਕਟਰ ਕੇ ਸਾਥ ਜਿਤਨਾ ਬੁਰੀ ਤਰ੍ਹਾਂ ਦੁਰਦਾਂਤ ਉਸਪੇ ਅਤਿਆਚਾਰ ਕੀਆ ਗਿਆ, ਹਮ ਉਸਕੇ ਬਾਰੇ ਮੇਂ ਡਿਸਕਸ਼ਨ ਕਰਨੇ ਕੇ ਲੀਏ, ਬਾਤ ਕਰਨੇ ਕੇ ਲੀਏ, ਆਪਣਾ ਵਿਊ ਰੱਖਨੇ ਕੇ ਲੀਏ ਡਿਫਰੈਂਟ ਵਿਮੈਨ ਆਰਗੇਨਾਈਜੇਸ਼ਨਸ ਯਹਾਂ ਇਕੱਠੀ ਹੋਈ ਹੈ। ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਗ ਦੇ ਦਫ਼ਤਰ ਵਿਖੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੀ ਮੀਟਿੰਗ ਤਰੁਣ ਚੁੱਗ ਦੇ ਨਿੱਜੀ ਸਕੱਤਰ ਰਾਜੇਸ਼ ਮਹਿਤਾ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਵਰਕਰਾਂ ਨੇ ਮਨ ਕੀ ਬਾਤ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਾਰ ਸੁਣੇ ਅਤੇ ਵਰਕਰਾਂ ਨੇ ਆਖਿਆ ਕਿ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਤਰੱਕੀ ਦੀ ਰਾਹ ਤੇ ਵਧ ਰਿਹਾ ਹੈ। ਅੱਜ 113ਵੇਂ ਮਨ ਦੀ ਬਾਤ ਦਾ ਕਾਰਜਕ੍ਰਮ ਹਮੇਸ਼ਾ ਦੀ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾਂ ਮੰਤਰੀ ਕਰਨ ਸਿੰਘ ਜੀ ਦੇ ਦਫ਼ਤਰ 'ਚ ਆਯੋਜਿਤ ਕੀਤਾ ਗਿਆ। ਅੱਜ ਜੀ ਸਾਡੇ ਬਹੁਤ ਮਾਣਯੋਗ
ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾਂਮੰਤਰੀ ਤਰੁਣ ਚੁੱਗ ਜੀ ਦੇ ਕਾਰਿਆਲੇ ਲਾਹੌਰੀ ਗੇਟ ਵਿਖੇ ਹਰ ਮਹੀਨੇ ਦੀ ਤਰ੍ਹਾਂ ਮਨ ਕੀ ਬਾਤ ਦਾ ਕਾਰਜਕ੍ਰਮ ਸਮੂਹ ਕਾਰਜਕਰਤਾ ਅੱਜ ਇਕੱਠੇ ਹੋਏ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਸੰਬੋਧਨ ਨੂੰ ਸੁਣਨ ਵਾਸਤੇ। ਹਲਕਾ ਪੱਛਮੀ ਅਧੀਨ ਪੈਂਦੇ ਇਲਾਕਾ ਕੋਟ ਖਾਲਸਾ ਇੰਦਰਾ ਕਲੋਨੀ ਦੇ ਵਸਨੀਕਾਂ ਨੇ ਇਲਾਕੇ ਵਿੱਚ ਟਾਵਰ ਬਣਾਉਣ ਵਾਲੀ ਟਾਵਰ ਕੰਪਨੀ ਅਤੇ ਪਲਾਟ ਮਾਲਕ ਸੁਰਿੰਦਰ ਪਾਲ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਇਲਾਕਾ ਨਿਵਾਸੀਆਂ ਨਵਦੀਪ ਸਿੰਘ, ਜਸਬੀਰ ਸਿੰਘ, ਗੁਰਮੀਤ ਸਿੰਘ, ਸਤਨਾਮ ਸਿੰਘ, ਮਨਦੀਪ ਸਿੰਘ, ਗੁਰਜੀਤ ਕੌਰ, ਸਵਰਨ ਕੌਰ, ਬਲਬੀਰ ਕੌਰ ਆਦਿ ਨੇ ਦੱਸਿਆ ਕਿ ਇੱਕ ਮੋਬਾਈਲ ਫੋਨ ਕੰਪਨੀ ਦਾ ਟਾਵਰ ਮਾਲਕ ਵੱਲੋਂ ਲਗਾਇਆ ਜਾ ਰਿਹਾ ਜੋ ਕਿ ਸਾਡੇ ਬੱਚਿਆਂ ਲਈ ਬਹੁਤ ਘਾਤਕ ਸਿੱਧ ਹੋਵੇਗਾ। ਪਰ ਇਹ ਟਾਵਰ ਨਹੀਂ ਲੱਗਣਾ ਚਾਹੀਦਾ, ਬੱਚਿਆਂ ਵਾਸਤੇ ਬਹੁਤ ਹਾਨੀਕਾਰਕ ਹੈਗਾ। ਮੇਰੇ ਛੋਟੇ ਛੋਟੇ ਬੱਚੇ ਹੈਗੇ, ਉਹਨਾਂ ਦਾ ਕੌਣ ਜ਼ਿੰਮੇਵਾਰ ਹੈਗਾ ਵਾ? ਕੱਲ੍ਹ ਨੂੰ ਟਾਵਰ ਡਿੱਗ ਪੈਂਦਾ ਵਾ 90 ਫੁੱਟ ਦਾ ਅਤੇ ਮੇਰੇ ਘਰ ਦੇ ਉੱਤੇ ਡਿੱਗਣਾ ਵਾ, ਉਹਦੀ ਭਰਪਾਈ ਕੌਣ ਕਰੂਗਾ? ਇਹ ਇੰਡੋਸਿਡ ਕਹਿ ਰਹੇ ਸ਼ਾਇਦ ਕੋਈ, ਉਹਨਾਂ ਨੂੰ ਸਰ ਜਾ ਕੇ ਕਿਹਾ ਸੀਗਾ, ਹੱਥ ਪਲਾ ਜੋੜਿਆ ਸੀਗਾ ਪਹਿਲਾਂ ਸਾਰੇ ਮਹੱਲੇ ਨੇ ਜਾ ਕੇ, ਲੇਕਿਨ ਉਹ ਬੰਦੇ ਸਿਰ ਦੇ ਵਾਲਾਂ ਨੂੰ ਆਉਂਦੇ ਆ ਜੀ। ਇਹ ਸਾਡੇ ਛੋਟੇ ਛੋਟੇ ਬੱਚੇ, ਉਹਨਾਂ ਦੇ ਰਿਐਕਸ਼ਨ ਪੈਂਦਾ, ਹੁਣ ਮੈਨੂੰ ਨਾਮ ਦਾ ਤਾਂ ਨਹੀਂ ਪਤਾ, ਪਰ ਸਾਡੇ ਲਾਗੇ ਗਲੀ ਮਹੱਲੇ ਵਿੱਚ ਤਾਂ ਹੈਗੇ ਆ ਨਾ। ਸਾਡਾ ਬੱਚਾ ਛੋਟੇ ਆ ਅਤੇ ਅਸੀਂ ਨਹੀਂ ਬਾਹਰ ਇੰਨਾ ਜ਼ਿਆਦਾ ਨਿਕਲੀਦਾ, ਬੱਚਿਆਂ ਨੂੰ ਸਕੂਲ ਅਤੇ ਉੱਥੋਂ ਦੀ ਆਉਣਾ, ਵਰਦੀਆਂ, ਯੂਨੀਫੋਰਮ, ਇਹ ਕੁਛ ਕਰੀਦਾ। ਟਾਵਰ ਇੱਥੋਂ ਲੱਗਣ ਦਾ, ਇਹ ਤਾਂ ਲੱਗਾ ਹੀ ਟਾਵਰ ਲਗਾ ਲਾਉਣ ਲੱਗੇ ਆ, ਮਨਾ ਕਰਤਾ ਇਹਨਾਂ ਨੂੰ ਨਹੀਂ ਲਾਉਣਾ ਅਜੇ। ਇਹਨਾਂ ਨੇ ਚੌਂਕੀ ਬੁਲਾਇਆ, ਆਪਣੇ ਕਾਗਜ਼ ਪੱਤਰ ਲੈ ਗਿਆ, ਹੁਣ ਮਜ਼ਦੂਰੀ ਬਹੁਤ ਮੰਗਲਾਇਆ ਜੋ ਵੀ ਹੈਗੇ ਕਾਗਜ਼ ਪੱਤਰ ਲੈ ਗਿਆ, ਹੁਣ ਚੌਂਕੀ ਪਤਾ ਨਹੀਂ ਕਿਹੜੀ ਕੰਪਨੀ, ਟੈਲ ਕੰਪਨੀ ਲੱਗਣਾ। ਸੁਰਿੰਦਰਪਾਲ ਸਿੰਘ ਸਨ, ਅਵਤਾਰਾ ਸਿੰਘ ਲਵਾ ਰਿਹਾ ਟਾਵਰ ਜਿਹਨੇ ਜਗ੍ਹਾ, ਬਸ ਕੰਪਨੀਆਂ ਨੇ ਬੁਲਾਇਆ ਉੱਥੇ ਚੌਂਕੀ। ਰੋਟਰੀ ਕਲੱਬ ਅੰਮ੍ਰਿਤਸਰ ਆਫ ਈਸਟ ਵੱਲੋਂ ਕ੍ਰਿਸ਼ਨ ਜਨਮ ਅਸ਼ਟਮੀ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਅੰਮ੍ਰਿਤਸਰ ਦੇ ਸਾਰੇ ਹੀ ਰੋਟਰੀ ਕਲੱਬਾਂ ਦੇ ਮੈਂਬਰਸ ਹਾਜ਼ਰ ਸਨ। ਰਾਮ ਸ਼ਰਨਮ ਦੇ ਤਿਲਕ ਰਾਜ ਵਾਲੀਆ ਵੱਲੋਂ ਕ੍ਰਿਸ਼ਨ ਮਹਾਰਾਜ ਦਾ ਗੁਣਗਾਨ ਕੀਤਾ ਗਿਆ। ਔਰ ਸਾਡਾ ਰੋਟਰੀ ਕਲੱਬ ਹਰ ਸਾਲ ਦੀ ਤਰ੍ਹਾਂ ਕੁਮਾਰ ਇੰਟਰਨੈਸ਼ਨਲ ਦੇ ਵਿੱਚ ਹੀ ਇਹ ਜਨਮ ਅਸ਼ਟਮੀ ਦਾ ਪ੍ਰੋਗਰਾਮ ਜਿਹੜਾ ਰੱਖਦੇ ਨੇ, ਮੈਨੂੰ ਆਉਣ ਦਾ ਇੱਥੇ ਮੌਕਾ ਮਿਲਦਾ, ਬਹੁਤ ਆਨੰਦ ਆਉਂਦਾ। ਤਿਲਕ ਰਾਜ ਵਾਲੀਆ ਜੀ ਸਾਡੇ ਆਦਰਣੀਏ ਕੀਰਤਨ ਕਰ ਰਹੇ ਸਨ, ਸੰਗਤਾਂ ਪੂਰੀਆਂ ਇੱਥੇ ਹਾਜ਼ਰੀਆਂ ਲਵਾ ਰਹੀਆਂ ਸਨ। ਅਸੀਂ ਹਰ ਸਾਲ ਜਿਹੜਾ ਜਨਮ ਅਸ਼ਟਮੀ ਦਾ ਪ੍ਰੋਗਰਾਮ ਇੱਥੇ ਕੁਮਾਰ ਇੰਟਰਨੈਸ਼ਨਲ 'ਚ ਮਨਾਉਂਦੇ ਹਾਂ, ਔਰ ਸਾਰੇ ਕਲੱਬ, ਲੋਕਲ ਕਲੱਬ ਸਾਡੇ ਇੱਥੇ ਹੁੰਦੇ ਨੇ ਜਿਹੜੇ ਸਹਿਯੋਗ ਕਰਦੇ ਨੇ। ਔਰ ਤਿਲਕ ਰਾਜ ਵਾਲੀਆ ਜੀ ਜਿਹੜੀ ਰੌਣਕ ਗਾਉਂਦੇ ਨੇ, ਔਰ ਜਿਹੜਾ ਸੰਗੀਤਨ ਹੁੰਦਾ ਉਹਦੇ ਨਾਲ ਜਨਮ ਅਸ਼ਟਮੀ ਦਾ ਜਿਹੜਾ ਸਾਡਾ ਪ੍ਰੋਗਰਾਮ ਬਹੁਤ ਸ਼ਾਨਦਾਰ ਚਲਾ ਜਾਂਦਾ। ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ, ਫਾਸਟਵੇ ਮੂਵੀ ਚੈਨਲ ਨੰਬਰ 241 ਤੇ, ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ, ਫਾਸਟਵੇ ਮਿਊਜ਼ਿਕ ਚੈਨਲ ਨੰਬਰ 243 ਤੇ, ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556, ਸ਼੍ਰੀ ਦੁਰਗਿਆਨਾ ਤੀਰਥ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ। ਮੰਦਿਰ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ। ਫਾਸਟਵੇ ਦੇ ਲੋਕਲ ਚੈਨਲਾਂ ਤੇ ਐਡਵਰਟੀਜ਼ਮੈਂਟ ਦੇਣ ਲਈ ਫੋਨ ਨੰਬਰ 7007308833 ਤੇ ਸੰਪਰਕ ਕੀਤਾ ਜਾ ਸਕਦਾ ਹੈ। ਮਾਤਾ ਚਿੰਤਪੁਰਨੀ ਅਤੇ ਧਾਰਮਿਕ ਅਸਥਾਨਾਂ ਵੱਲੋਂ ਨੌਜਵਾਨਾਂ ਨੂੰ ਸਨਾਤਨ ਅਤੇ ਸੱਭਿਆਚਾਰ ਨਾਲ ਜੋੜਨ ਲਈ ਸ਼ੁਰੂ ਕੀਤੀ ਗਈ ਬੱਸ ਯਾਤਰਾ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ। ਇਸ ਨਾਲ ਸਾਡੀ ਨੌਜਵਾਨ ਪੀੜ੍ਹੀ ਨਸ਼ਿਆਂ ਅਤੇ ਮਾੜੀ ਸੰਗਤ ਦਾ ਸ਼ਿਕਾਰ ਹੋਣ ਦੀ ਬਜਾਏ ਆਪਣੇ ਧਰਮ ਅਤੇ ਸੱਭਿਆਚਾਰ ਨਾਲ ਜੁੜ ਜਾਵੇਗੀ। ਇਹ ਵਿਚਾਰ ਮਾਤਾ ਆਰਤੀ ਦੇਵਾਜੀ, ਸਮਾਜ ਸੇਵੀ ਅਰਵਿੰਦ ਪਕਨਾ ਅਤੇ ਕਾਂਗਰਸੀ ਆਗੂ ਲਖਨਪਾਲ ਕਹੇੜ ਨੇ ਚੇਅਰਮੈਨ ਰਾਜਨ ਮਹਿਤਾ ਅਤੇ ਪ੍ਰਧਾਨ ਹਰਦੇਵ ਸਿੰਘ ਦੀ ਅਗਵਾਈ ਹੇਠ ਕਹੀ। ਇਸ ਮੌਕੇ ਅਮਿਤ ਪ੍ਰਗਟ ਸ਼ਾਸਤਰੀ, ਸੁਮਿਤ ਸ਼ਾਸਤਰੀ, ਪ੍ਰਿੰਸ ਸ਼ਰਮਾ, ਮਨਜੀਤ ਕਾਲੀਆ, ਦੀਪਕ ਰਾਮਪਾਲ, ਪ੍ਰਦੀਪ ਸਰਨਗੜ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਜੈ ਮਾਂ ਚਿੰਤਪੁਰਨੀ ਕੀ ਯਾਤਰਾ ਲਾਸਟ ਐਤਵਾਰ ਕੋ ਹਰ ਮਹੀਨੇ ਜਾਤੀ ਹੈ, ਜੇ 25ਵੀਂ ਯਾਤਰਾ ਹੈ, ਸਭੀ ਸ਼ਰਧਾਲੂਓਂ ਕੇ ਸਾਥ ਜਾਤੀ ਹੈ। ਇਹ ਪ੍ਰਧਾਨ ਉਹਨਾਂ ਦੀ
ਛਤਰ ਸਾਹਿਬ ਥੱਲੇ ਜਿੰਨੀ ਵੀ ਪਬਲਿਕ ਆ ਹਰ ਮਹੀਨੇ ਦੇ ਆਖਰੀ ਸ਼ਨੀਵਾਰ ਜਾਂਦੇ ਨੇ, ਚਿੰਤਪੁਰਨੀ ਜਾਂਦੇ ਨੇ, ਪਿਛਲੀ ਵਾਰੀ ਵੈਸ਼ਨੋ ਦੇਵੀ ਗਏ ਸੀ। ਮੇਰੇ ਵੀ ਰਾਜਨ ਜੀ ਅਤੇ ਇਹਨਾਂ ਦੀ ਕਮੇਟੀ ਮਾਤਾ ਚਿੰਤਪੁਰਨੀ ਸੇਵਾ ਸਭਾ ਜਿਹੜੇ ਹਰ ਮਹੀਨੇ ਅਖੀਰਲੇ ਸ਼ਨੀਵਾਰ ਮਾਤਾ ਚਿੰਤਪੁਰਨੀ ਜੀ ਦੇ ਦਰਸ਼ਨਾਂ ਦੇ ਲਈ ਬੱਸ ਲੈ ਕੇ ਜਾਂਦੇ ਆ। ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਤੁਸੀਂ ਵੇਖੋਗੇ। ਸਲਾਨਾ ਜੋੜ ਮੇਲੇ ਸੰਬੰਧੀ ਪਲਾਸ ਸਾਹਿਬ ਵਿਖੇ ਸ਼ੁਰੂ ਹੋਈ ਸਫਾਈ ਦੀ ਸੇਵਾ। ਇਹ ਤੇ ਕੁਝ ਹੋਰ ਖਬਰਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਪਲਾਸ ਸਾਹਿਬ ਫ੍ਰੈਂਡਸ ਐਵਨਿਊ ਅਜਨਾਲ ਰੋਡ ਵਿਖੇ ਸਲਾਨਾ ਜੋੜ ਮੇਲਾ 19 ਅਤੇ 20 ਸਤੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸਭਾ ਸੁਸਾਇਟੀਆਂ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ। ਇਸੇ ਤਹਿਤ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਇਸ਼ਨਾਨ ਦੀ ਸੇਵਾ ਸਮੂਹ ਸੰਗਤਾਂ ਦੇ ਕਾਰ ਸੇਵਾ ਬਾਬਾ ਭੂਰੀ ਵਾਰਿਆ ਵੱਲੋਂ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਹੋਇਆ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਆਖਿਆ ਕਿ ਸਲਾਨਾ ਜੋੜ ਮੇਲਾ 19 ਅਤੇ 20 ਸਤੰਬਰ ਨੂੰ ਮਨਾਇਆ ਜਾਵੇਗਾ। ਪਾਵਨ ਸ਼ੋਭ ਪਵਿੱਤਰ ਗੁਰਦੁਆਰਾ ਸ੍ਰੀ ਪਲਾਸ ਸਾਹਿਬ ਜੋ ਕਿ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਇਸ ਸਥਾਨ ਤੇ ਜਿੱਥੇ ਕਿ ਜ਼ੁਲਮ ਦੇ ਖਿਲਾਫ ਸਭ ਤੋਂ ਪਹਿਲਾਂ ਜੰਗ ਦਾ ਮੁੱਢ ਇੱਥੇ ਬੱਝਿਆ ਸੀਗਾ। ਜਦੋਂ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸ਼ਹੀਦੀ ਦਿੱਤੀ, ਦਬੇ ਬਾਣ ਲਾ ਗਏ ਹੋ ਤਬੇ ਰੋਹ ਜਾਗਿਓ ਦੇ ਮੁੱਖ ਵਾਕਾਂ ਅਨੁਸਾਰ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸਿੱਖ ਕੌਮ ਨੂੰ ਹੁਕਮਨਾਮੇ ਭੇਜੇ ਕਿ ਸਾਨੂੰ ਪੈਸੇ ਦੀ ਲੋੜ ਨਹੀਂ, ਚੰਗੀਆਂ ਜਵਾਨੀਆਂ, ਚੰਗੇ ਘੋੜੇ, ਚੰਗੇ ਹਥਿਆਰ ਚਾਹੀਦੇ ਹਨ, ਕਿਉਂਕਿ ਜ਼ੁਲਮ ਨੂੰ ਠੱਲ ਪਾਉਣ ਵਾਸਤੇ ਗੁਰੂ ਮਹਾਰਾਜ ਨੇ ਫੌਜ ਤਿਆਰ ਕੀਤੀ। ਗੁਰੂ ਮਹਾਰਾਜ ਨੇ ਅਕਾਲ ਤਖ਼ਤ ਦਾ ਨੀਂਹ ਪੱਥਰ ਰੱਖਿਆ ਅਤੇ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨੀਆਂ, ਸਿੱਖਾਂ ਨੂੰ ਜੰਗ ਦੀ ਸਿਖਲਾਈ ਦੇ ਕੇ ਆਪਣਾ ਬਾਜ ਦੇ ਕੇ ਜਿਸ ਸਥਾਨ 'ਤੇ ਆਪਾਂ ਖੜ੍ਹੇ ਹਾਂ ਗੁਰਦੁਆਰਾ ਪਲਾਸ ਸਾਹਿਬ ਵਿਖੇ, ਇਹ ਸਾਰਾ ਜੰਗਲ ਹੁੰਦਾ ਸੀ। ਸਿੱਖ ਗੁਰੂ ਮਹਾਰਾਜ ਦਾ ਬਾਜ ਲੈ ਕੇ ਜਦੋਂ ਜੰਗਲ ਦੇ ਸ਼ਿਕਾਰ ਖੇਡਣ ਆਏ, ਉਧਰੋਂ ਜਹਾਂਗੀਰ ਦੇ ਸਿਪਾਹੀ ਵੀ ਜਹਾਂਗੀਰ ਦਾ ਬਾਜ ਲੈ ਕੇ ਇਸ ਜਗ੍ਹਾ 'ਤੇ ਸ਼ਿਕਾਰ ਖੇਡਦੇ ਆ ਰਹੇ ਸਨ। ਜਦੋਂ ਸਿੱਖਾਂ ਨੇ ਡਿੱਠਾ ਕਿ ਜਹਾਂਗੀਰ ਜੋ ਕਿ ਅਸਮਾਨ ਦੇ ਵਿੱਚ ਇੱਕ ਬਾਜ ਇੱਕ ਮੁਰਗਾਬੀ ਨੂੰ ਕੋਹ ਕੋਹ ਕੇ ਮਾਰ ਰਿਹਾ ਸੀ, ਸਿੱਖਾਂ ਨੇ ਡਿੱਠਾ, ਸਿੱਖਾਂ ਨੇ ਗੁਰੂ ਮਹਾਰਾਜ ਦਾ ਬਾਜ ਛੱਡਿਆ। ਇੱਥੇ ਬਾਜਾਂ ਦੀ ਲੜਾਈ ਹੋਈ, ਗੁਰੂ ਮਹਾਰਾਜ ਦੇ ਬਾਜ ਨੇ ਜਹਾਂਗੀਰ ਦੇ ਬਾਜ ਨੂੰ ਜ਼ਖਮੀ ਕਰਕੇ ਜ਼ਮੀਨ ਥੱਲੇ ਸੁੱਟ ਦਿੱਤਾ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਮਨ ਚੰਦਿਆ ਫਲ ਭਾਵਨਾ ਹੋਮੇ ਵਿੱਚੋਂ ਜਾਵੇ। ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਿਹਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਪਲਾਸ ਸਾਹਿਬ ਵਿਖੇ ਸਲਾਨਾ ਜੋੜ ਮੇਲਾ 19 ਅਤੇ 20 ਸਤੰਬਰ ਨੂੰ ਸ਼ਰਧਾ ਭਾਵਨਾ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵੱਖ ਵੱਖ ਸਭਾ ਸੁਸਾਇਟੀਆਂ ਵੱਲੋਂ ਮਨਾਇਆ ਜਾ ਰਿਹਾ। ਇਸੇ ਤਹਿਤ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਇਸ਼ਨਾਨ ਦੀ ਸੇਵਾ ਵੀ ਕੀਤੀ ਗਈ ਅਤੇ ਸਮੂਹ ਸੰਗਤਾਂ ਨੇ ਇਸ ਮੌਕੇ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਅਤੇ ਉਹਨਾਂ ਨੇ ਆਖ ਕੇ ਉਹ ਬੜੇ ਹੀ ਬਟਬਾਕੀ ਹਨ ਕਿ ਉਹਨਾਂ ਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ। ਅੰਮ੍ਰਿਤਸਰ ਫਾਸਟਵੇ ਖਬਰਨਾਮੇ ਕੈਮਰਾਮੈਨ ਪਰੇਸ਼ ਸ਼ਰਮਾ ਦੇ ਨਾਲ ਰਕੇਸ਼ ਕੁਮਾਰ। ਸ੍ਰੀ ਗੁਰੂ ਰਾਮਦਾਸ ਲੋਕ ਭਲਾਈ ਸੁਸਾਇਟੀ ਵੱਲੋਂ ਸਰਬੱਤ ਦੇ ਭਲੇ ਲਈ ਹਰ ਹਫ਼ਤੇ ਹੋਣ ਵਾਲਾ ਸਮਾਗਮ ਇਸ ਵਾਰ ਮੋਹਨ ਨਗਰ ਵਿਖੇ ਭਾਈ ਸੁਰਿੰਦਰ ਸਿੰਘ ਅਰੋੜਾ ਵੀਰ ਜੀ ਦੀ ਅਗਵਾਈ ਵਿੱਚ ਹੋਇਆ। ਇਸ ਮੌਕੇ ਗੱਲਬਾਤ ਕਰਦਿਆਂ ਹੋਇਆ ਭਾਈ ਸੁਰਿੰਦਰ ਸਿੰਘ ਅਰੋੜਾ ਵੀਰ ਜੀ ਨੇ ਆਖਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਸੰਬੰਧ ਵਿੱਚ 15 ਸਤੰਬਰ ਨੂੰ ਨਗਰ ਕੀਰਤਨ ਇੱਥੋਂ 177 ਮੈਡੀਕਲ ਐਨਕਲੇਵ ਤੋਂ 5 ਪਿਆਰਿਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਤਰ ਛਾਇਆ ਹੇਠ ਸਜਾਇਆ ਜਾਵੇਗਾ। ਹੁਣ ਆਖਿਆ ਕਿ ਨਗਰ ਕੀਰਤਨ ਇਸ ਵਾਰ ਸਰਦਾਰ ਸਰਬਜੀਤ ਸਿੰਘ ਰਾਜੂ ਦੇ ਗ੍ਰਹਿ ਅਲਫਾ ਸਿਟੀ ਪੁੱਜੇਗਾ ਅਤੇ ਉੱਥੇ ਗੁਰਮਤ ਸਮਾਗਮ ਤਹਿਤ ਕੀਰਤਨ ਕੀਤਾ ਜਾਵੇਗਾ। ਉਹਨਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਇਹਨਾਂ ਸਮਾਗਮਾਂ ਵਿੱਚ
ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਜਿਨ੍ਹਾਂ ਨੇ ਇਸ ਜੀਵਨ ਦਾ ਇੱਕ ਰਸਤਾ ਦਿਖਾਇਆ, ਆਪ ਸ਼ਾਦੀ ਕਰਕੇ ਸੁਲਤਾਨਪੁਰ ਲੋਧੀ ਤੋਂ ਉਹਨਾਂ ਦੀ ਜੰਗ ਬਟਾਲਾ ਸਾਹਿਬ ਵਿਖੇ ਆਈ, ਕੰਧ ਸਾਹਿਬ ਵਿਖੇ। ਪਿਛਲੇ ਕੁਛ ਸਾਲਾਂ ਤੋਂ ਇਹ ਸਮਾਗਮ ਅੰਮ੍ਰਿਤਸਰ ਦੀ ਧਰਤੀ ਤੇ ਤੁਸੀਂ ਸਾਰੇ ਇਕੱਠੇ ਬਹਿ ਕੇ ਮਨਾ ਰਹੇ ਹੋ। ਨਗਰ ਕੀਰਤਨ ਦੇ ਰੂਪ ਵਿੱਚ ਅਸੀਂ ਹਰ ਵਾਰੀ ਇਸ ਵਿਰਸਤ ਜੀਵਨ ਨੂੰ ਇੱਕ ਦੱਸਣ ਵਾਸਤੇ ਕਿ ਸਾਨੂੰ ਇਸ ਤੇ ਚੱਲਣਾ ਚਾਹੀਦਾ ਹੈ। 177 ਮੈਡੀਕਲ ਇਨਕਲੇਵ ਤੋਂ ਸਵੇਰੇ 8 ਵਜੇ ਲੰਗਰ ਪਰਮਾਤਮਾ ਦੇ ਅਰਦਾਸ ਕਰਕੇ, ਸਮੂਹਿਕ ਅਰਦਾਸ ਕਰਕੇ ਅਸੀਂ ਸਾਰੇ ਉੱਥੋਂ ਚੱਲਾਂਗੇ ਤੇ ਉਸ ਵੇਲੇ ਆਪਣੀਆਂ ਵਹੀਕਲ ਦੇ ਵਿੱਚ ਸਾਰੇ ਨੇ ਚੱਲਣਾ ਤੇ ਐਸਪੀ ਅਪਰਾਧ ਸਰਬਜੀਤ ਸਿੰਘ ਰਾਜੂ ਵੀਰ ਜੀ ਫਾਸਤੇ ਵਾਲੇ ਦੋਵੇਂ ਭੈਣ ਜੀ ਨੇ ਗ੍ਰਹਿ ਵਿਖੇ ਜਾਰੀ ਹੈ। ਅਲਫਾ ਇੰਟਰਨੈਸ਼ਨਲ, ਅਲਫਾ ਸਿਟੀ ਇੰਟਰਨੈਸ਼ਨਲ, AF1 ਉਹਨਾਂ ਦੇ ਕੋਠੀ ਦਾ ਐਡਰੈਸ ਹੈ। ਮੈਂ ਸਾਰਿਆਂ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਸਵੇਰੇ 8 ਵਜੇ 177 ਮੈਡੀਕਲ ਇਨਕਲੇਵ ਸੁਮੇਲ ਅਰਦਾਸ ਕਰਕੇ ਸ੍ਰੀ ਗੁਰੂ ਰਾਮਦਾਸ ਲੋਕ ਭਲਾਈ ਸੁਸਾਇਟੀ ਦੇ ਸਾਰੇ ਮੇਰੇ ਵੀਰ, ਸਾਰੀ ਸੰਗਤ ਅੰਮ੍ਰਿਤਸਰ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਸਾਰੇ ਨਾਲ ਚੱਲਣਾ ਹੈ। ਪਹੁੰਚਣ ਦੀ ਕਿਰਪਾਲਤਾ ਕਰਨਾ ਤਾਂ ਕਿ ਅਸੀਂ 12 ਵਜੇ ਸਰਦਾਰ ਸਰਬਜੀਤ ਸਿੰਘ ਰਾਜੂ ਵੀਰ ਜੀ ਡੋਲੀ ਭਾਈ ਜੀ ਦੇ ਘਰ ਪਹੁੰਚ ਸਕੀਏ। ਉੱਥੇ ਹੀ ਸਾਰਾ ਸਮਾਗਮ ਕੀਰਤਨ ਦਾ 45 ਮਿੰਟ ਤੋਂ ਲੈ ਕੇ 1 ਘੰਟੇ ਦਾ ਹੋਏਗਾ। 1 ਵਜੇ ਪੂਰੀ ਸਮਾਪਤੀ ਹੈ, ਉਸ ਤੋਂ ਬਾਅਦ ਗੁਰੂ ਘਰ ਲੰਗਰ। ਮੈਂ ਤਾਂ ਹਰ ਸਾਲ ਜਿਸ ਤਰ੍ਹਾਂ ਬੇਨਤੀ ਕਰਦਾ ਹਾਂ, ਭਾਜੀ ਬੜੀ ਇੰਪੋਰਟੈਂਟ ਰਸਮ ਹੈ। ਜਦੋਂ ਬਾਬਾ ਜੀ ਦਾ ਸ਼ਾਦੀ ਹੋਈ ਸੀ ਤੇ ਭਾਜੀ ਵੱਡੀ ਸੀ, ਭਾਜੀ ਉਹੀ ਜਿਹੜੀ ਪਿੰਡਾਂ 'ਚ ਵੱਡ ਗਏ ਸ਼ਗਨ ਪਾ ਰਹੇ ਤੇ ਉੱਥੇ ਆ ਜੋ ਵੀ ਹੁੰਦਾ, ਭਾਜੀ ਲਿਓ ਬਗੈਰ ਕੋਈ ਨਾ ਜਾਏ। ਉਹ ਪ੍ਰਸ਼ਾਦ ਹੈ ਗੁਰੂ ਨਾਨਕ ਦਾ, ਸਾਰਿਆਂ ਨੇ ਲੈ ਕੇ ਜਾਣਾ ਔਰ ਸਾਰੇ ਪਹੁੰਚਣ ਦੀ ਕਿਰਪਾਲਤਾ ਕਰਨਾ ਮੈਂ ਬੇਨਤੀ ਕਰਾਂਗਾ। ਸਾਬਕਾ ਇੰਸਪੈਕਟਰ ਅਤੇ ਸਮਾਜ ਸੇਵਕ ਸੰਜੀਵ ਕੁਮਾਰ ਨੇ ਵਾਰਡ ਨੰਬਰ 15 ਅਧੀਨ ਆਉਂਦੇ ਇਲਾਕਾ ਪੈਰਿਸ ਟਾਊਨ ਦੇ ਨਿਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਨੇ ਆਖਿਆ ਕਿ ਇਲਾਕੇ ਦੀਆਂ ਜੋ ਵੀ ਮੁਸ਼ਕਲਾਂ ਹਨ ਉਹਨਾਂ ਨੂੰ ਉਹ ਹੱਲ ਕਰ ਰਹੇ ਹਨ। ਇਹਨਾਂ ਹੁਕਮ ਹੋਇਆ ਸੀ ਪਿਛਲੇ ਮੰਗਲਵਾਰ ਕਿ ਸਾਡੇ ਫਲਾਈ ਲਾਈਟਾਂ ਖਰਾਬ ਨੇ ਪੈਰਿਸ ਟਾਊਨ ਪਾਰਕ ਦੇ ਵਿੱਚ। ਅਸੀਂ ਮਾਨਯੋਗ MLA ਸਾਹਿਬ ਨੂੰ ਕਿਹਾ ਵੈ ਤੇ ਪਰ ਕੋਈ ਰਿਸਪੋਂਸ ਦੇ ਗਏ, ਕਹਿ ਗਏ ਪਰ ਰਿਸਪੋਂਸ ਕੋਈ ਨਹੀਂ ਹੈ। ਉਹ ਫਿਰ ਮੈਂ ਫਲੱਡ ਲਾਈਟਾਂ ਨਵੀਆਂ ਲਿਆ ਕੇ, ਸਪੈਸ਼ਲ 2-2 ਸਾਲ ਦੀ ਗਰੰਟੀ ਹੈ, 2 ਸਾਲ 'ਚੋਂ ਕੋਈ ਉਹਨਾਂ ਨੂੰ ਖਰਾਬੀ ਆਵੇ ਤਾਂ ਮੈਂ ਜ਼ਿੰਮੇਵਾਰ, ਮੇਰੇ ਮੋਰ ਕੰਪਨੀ ਜ਼ਿੰਮੇਵਾਰ, ਜਿੱਥੋਂ ਮੈਂ ਲੈ ਕੇ ਆਇਆ ਜੀ ਮੈਂ ਉਹ ਲਗਵਾਤੀਆਂ। ਇਹਨਾਂ ਨੇ ਜਦੋਂ ਜਦੋਂ ਮੈਨੂੰ ਕੋਈ ਵੀ ਕੰਮ ਕਿਹਾ, ਪਿਛਲੇ ਸਾਲ ਇਹਨਾਂ ਨੇ ਸਰਦੀਆਂ ਬੂਟੇ 'ਚ ਸ਼ਿੰਗਾਨ ਵੀ ਕਿਹਾ ਸੀ, ਸ਼ਿੰਗਾ ਕੇ ਦਿੱਤੇ ਸੀ, ਹੋਰ ਵੀ ਜਿਹੜੇ ਕੰਮ ਕਹਿੰਦੇ ਸੀਵਰੇਜ ਦੇ ਚੈਂਬਰ ਦੇ ਇਹਨਾਂ ਫ੍ਰੀ ਕਰਵਾ ਕੇ ਦੇਈਦੇ ਨੇ। ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ ਦੁਰਗਿਆਨਾ ਤੀਰਥ ਵਿਖੇ ਸ਼੍ਰੀ ਹਨੂੰਮਾਨ ਚਾਲੀਸਾ ਪਰਿਵਾਰ ਵੱਲੋਂ ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਅਤੇ ਸੰਕੀਰਤਨ ਕੀਤਾ ਗਿਆ। ਇਸ ਮੌਕੇ ਸ਼੍ਰੀ ਬੜਾ ਹਨੂੰਮਾਨ ਮੰਦਿਰ ਦੇ ਚੇਅਰਮੈਨ ਡਾਕਟਰ ਰਕੇਸ਼ ਸ਼ਰਮਾ ਵੱਲੋਂ
ਹਨੂਮਾਨ ਚਾਲੀਸਾ ਦੇ ਪਾਠ ਦੇ ਭੋਗ ਪਾਏ ਗਏ। ਸਟਾਲਵਰਟਸ ਵਰਲਡ ਸਕੂਲ ਵਿਖੇ ਸ੍ਰੀ ਕ੍ਰਿਸ਼ਨ ਜੀ ਦੇ ਜਨਮ ਦਿਹਾੜੇ ਦੇ ਸ਼ੁਭ ਮੌਕੇ ਤੇ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਦਿਲਚਸਪ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਸਕੂਲ ਦੇ ਪ੍ਰਿੰਸੀਪਲ ਮਨੀਸ਼ਾ ਧਾਨੁਕਾ ਨੇ ਇਸ ਮੌਕੇ ਬੱਚਿਆਂ ਨੂੰ ਸੰਬੋਧਨ ਕੀਤਾ। ਜੈ ਮਾਂ ਚਿੰਤਪੁਰਨੀ ਸੇਵਕ ਸਭਾ ਵੱਲੋਂ ਚੇਅਰਮੈਨ ਸਤੀਸ਼ ਬੱਲੂ ਅਤੇ ਸਭ ਸਾਥੀਆਂ ਦੇ ਸਹਿਯੋਗ ਨਾਲ ਚਿੰਤਪੁਰਨੀ ਮਾਤਾ ਯਾਤਰਾ ਲਈ ਬੱਸ ਰਵਾਨਾ ਹੋਈ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਸਤੀਸ਼ ਬੱਲੂ ਜੀ ਔਰ ਉਨਕੇ ਸਭੀ ਸਾਥੀਓਂ ਕੇ ਸਹਿਯੋਗ ਕੇ ਦੁਆਰਾ ਇਹ ਪੰਜਵੀਂ ਵਾਰ ਚਿੰਤਪੁਰਨੀ ਮਾਂ ਕੀ ਯਾਤਰਾ ਜਾ ਰਹੀ ਹੈ। ਸਿਆਟੇ ਕੇ ਬੜੇ ਭਾਗਿਆ ਹੈ ਬੱਚੇ ਜੋ ਮਿਲ ਜੁਲ ਕਰਕੇ ਇਸ ਯਾਤਰਾ ਮੇ ਪਹੁੰਚਦੇ ਹੈ। ਪਰਮ ਪੂਜਨ ਭਾਰਤੀ ਦੇਵਾਈ ਦੇ ਆਸ਼ੀਰਵਾਦ ਦੇ ਨਾਲ ਉਹਨਾਂ ਦੇ ਮਾਰਗ ਦਰਸ਼ਨ ਦੇ ਨਾਲ ਇਹ ਪੰਜਵੀਂ ਯਾਤਰਾ ਜਿਹੜੀ ਆ ਮਾਂ ਚਿੰਤਪੁਰਨੀ ਦਰਬਾਰ ਵਿੱਚ ਜਾ ਰਹੀ ਆ। ਜਾਗ੍ਰਿਤ ਜੀਵਨ ਵੈਲਫੇਅਰ ਸੁਸਾਇਟੀ ਵੱਲੋਂ ਸੁਲਤਾਨਵਿੰਡ ਪਿੰਡ ਸਿਲਾਈ ਸੈਂਟਰ ਹਰਮਨ ਸਕੂਲ ਵਿੱਚ ਇੱਕ ਸਾਲ ਦਾ ਡਿਪਲੋਮਾ ਪੂਰਾ ਹੋਣ ਤੇ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਜਾਗ੍ਰਿਤ ਜੀਵਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਮੈਡਮ ਜੋਤੀ ਚਤੁਰਥ ਨੇ ਕਿਹਾ ਕਿ ਸੁਸਾਇਟੀ ਪਿਛਲੇ 7 ਸਾਲਾਂ ਤੋਂ ਗਰੀਬ ਅਤੇ ਜ਼ਰੂਰਤਮੰਦ ਬੱਚਿਆਂ ਦਾ ਸਾਥ ਦੇ ਰਹੀ ਹੈ। ਇਸ ਮੌਕੇ ਰੋਟਰੀ ਕਲੱਬ ਦੇ ਮੈਂਬਰ ਅਵਤਾਰ ਸਿੰਘ, ਸੰਦੀਪ ਆਦਿ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਬੱਚਿਆਂ ਨੂੰ 24 ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ। ਅਮਨਦੀਪ ਹਸਪੀਟਲ ਵਿਖੇ 24 ਅਗਸਤ ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਤੱਕ ਕੈਂਪ ਲਗਾਇਆ ਗਿਆ, ਜਿਸ ਵਿੱਚ ਕੈਂਸਰ ਪੇਸ਼ੈਂਟਸ, ਆਰਥੋ ਪੇਸ਼ੈਂਟਸ ਅਤੇ ਹੋਰ ਕਈ ਪੇਸ਼ੈਂਟਸ ਦੇ ਚੈੱਕਅਪ ਕੀਤੇ ਗਏ ਅਤੇ ਟੈਸਟ ਵਿੱਚ ਕਾਫੀ ਡਿਸਕਾਊਂਟ ਦਿੱਤਾ ਗਿਆ। ਅੱਜ ਅਮਨਦੀਪ ਹਸਪੀਟਲ ਕੀ ਓਰ ਸੇ ਇੱਕ ਆਰਥੋਪੈਡਿਕ ਫ੍ਰੀ ਮੈਡੀਕਲ ਕੈਂਪ ਔਰਗਨਾਈਜ਼ ਕੀਆ ਗਿਆ ਹੈ, ਜਿਸਮੇਂ ਹਮ ਮਰੀਜ਼ ਕੀ ਹੱਡੀਓ ਕੀ ਪ੍ਰੋਬਲਮਸ ਹੋਤੀ ਹੈ, ਜੈਸੇ ਕਿ ਬੋਨ ਪੇਨਸ, ਗੰਠੀਆ ਕੀ ਪ੍ਰੋਬਲਮ, ਚੂਲੇ ਜਾਂ ਘੁਟਨੇ ਖਰਾਬ ਹੋਣੇ, ਉਨ ਸਭ ਕੀ ਫ੍ਰੀ ਮੇਂ ਮੈਡੀਕਲ ਚੈੱਕਅਪ ਕਰਤੇ ਹੈ ਔਰ ਉਨਕੋ ਕਮ ਸੇ ਕਮ ਪ੍ਰਾਈਸ ਮੇਂ ਸਾਰੇ ਟੈਸਟ ਐਂਡ ਐਕਸਰੇਸ ਕਰਾ ਕੇ ਉਨਕਾ ਇਲਾਜ ਕਰਨੇ ਕੀ ਕੋਸ਼ਿਸ਼ ਕੀ ਹੈ। ਇਹ ਸਪੈਸ਼ਲੀ ਉਨ ਲੋਗੋ ਕੇ ਲੀਏ ਹੈ ਜੋ ਅਫੋਰਡੇਬਲ ਨਹੀਂ ਹੈ ਜ਼ਿਆਦਾ। ਇੱਕ ਤਰ੍ਹਾਂ ਸੇ ਇੱਕ ਸੋਸ਼ਲ ਵਰਕਿੰਗ ਕਾ ਕਾਮ ਹਮਨੇ ਸਟਾਰਟ ਕੀਆ ਹੈ ਰੀਸੈਂਟਲੀ, ਤੋ ਅੱਛਾ ਹੈ। ਅੱਜ ਅਬ ਤੱਕ ਹਮਨੇ 40 ਸੇ ਜ਼ਿਆਦਾ ਪੇਸ਼ੈਂਟਸ ਦੇਖ ਲਏ ਹੋਏ ਹੈਂ। ਖੂਨਦਾਨ ਮਹਾਨ ਦਾਨ ਹੈ। ਇਸ ਮੌਕੇ ਰਣਜੀਤ ਐਵੀਨਿਊ ਦੇ ਇੱਕ ਨਿੱਜੀ ਹੈਲਥ ਕਲੱਬ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਨੌਜਵਾਨਾਂ ਨੇ ਖੂਨਦਾਨ ਕੈਂਪ ਵਿੱਚ ਖੂਨਦਾਨ ਕੀਤਾ। ਇਹੀ ਸੰਦੇਸ਼ ਆ ਕਿ ਸਾਰੀ ਯੁਵਾ ਪੀੜ੍ਹੀ ਨਸ਼ੇ ਨੂੰ ਛੱਡ ਕੇ ਆਪਣੀ ਹੈਲਥ ਵੱਲ ਜਾਵੇ ਅਤੇ ਇਸੇ ਤਰੀਕੇ ਦੇ ਨਾਲ ਕੰਮ ਕਰਦਾ ਰਹੇ ਸਾਰਾ ਯੂਥ, ਔਰ ਕਿਸੇ ਨੂੰ ਵੀ ਸਹਿਯੋਗ ਹੋਵੇ ਸਾਡੇ ਵੱਲੋਂ ਯੂਥ ਵੱਲੋਂ ਉਹ ਮਦਦ ਕਰਦਾ ਰਹੇ। ਅੰਮ੍ਰਿਤਸਰ ਵਿੱਚ ਪਹਿਲੀ ਵਾਰ ਸ਼੍ਰੀ ਦੁਰਗਿਆਨਾ ਤੀਰਥ, ਸ਼੍ਰੀ ਦੁਰਗਿਆਨਾ ਮੰਦਿਰ ਸ਼ਤਾਬਦੀ ਮਹੋਤਸਵ, ਵੇਦ ਭਵਨ ਵਿੱਚ ਚੱਲ ਰਹੇ ਅਖੰਡ ਵਿਜੈ ਮੰਤਰ ਅਤੇ ਸ਼੍ਰੀ ਤੁਲਸੀਦਾਸ ਜੀ ਮੰਦਿਰ ਵਿੱਚ ਅਖੰਡ ਸ਼੍ਰੀ ਰਾਮ ਚਰਿਤ੍ਰ ਮਾਨਸ ਦੇ ਪਾਠ ਦੇ ਤਹਿਤ 40 ਦਿਨਾਂ ਦਾ ਸ਼੍ਰੀ ਭਾਗਵਤ ਕਥਾ ਸਪਤਾਹ ਸ਼੍ਰੀ ਮ੍ਰਿਦੁਲਕਾਂਤ ਸ਼ਾਸਤਰੀ ਜੀ ਵਰਿੰਦਾਵਨ ਧਾਮ ਜੀ ਤੋਂ ਸ਼ਾਮ 5 ਤੋਂ 8 ਵਜੇ ਤੱਕ ਅਤੇ ਸ਼੍ਰੀ ਮਦ ਭਾਗਵਤ ਜੀ ਦਾ ਮੂਲ ਪਾਠ 108 ਵਰਿੰਦਾਵਨ ਧਾਮ ਤੋਂ ਪਹਿਲੀ ਵਾਰ ਅੰਮ੍ਰਿਤਸਰ ਦੀ ਧਰਤੀ ਤੇ ਆ ਰਹੇ ਬ੍ਰਾਹਮਣ ਸਮਾਜ ਵੱਲੋਂ ਕਰਵਾਇਆ ਜਾ ਰਿਹਾ ਹੈ। ਸ਼੍ਰੀ ਸਵਾਮੀ ਸਤਿਆਨੰਦ ਸੇਵਾ ਸੰਘ ਸ਼੍ਰੀ ਰਾਮ ਸ਼ਰਨਮ ਅੰਮ੍ਰਿਤਸਰ ਦੇ ਸੇਵਾ ਦਾ ਅਸ਼ੋਕ ਸ਼ਰਮਾ ਦੀ ਅਗਵਾਈ ਹੇਠ ਹਫ਼ਤਾਵਾਰੀ ਅੰਮ੍ਰਿਤਵਾਣੀ ਸਤਸੰਗ ਮਿਤੀ 25 ਅਗਸਤ 2024 ਦਿਨ ਐਤਵਾਰ ਨੂੰ ਸਵੇਰੇ 9:30 ਤੋਂ 11 ਵਜੇ ਤੱਕ ਰਾਧਾ ਵੱਲਭ ਮੰਦਿਰ ਲੋਹਗੜ੍ਹ ਵਿਖੇ ਕਰਵਾਇਆ ਗਿਆ।
ਅਸ਼ੋਕ ਸ਼ਰਮਾ ਨੇ ਕਿਹਾ ਕਿ ਸਤਸੰਗ ਵਿੱਚ ਆਉਣ ਅਤੇ ਭਗਵਾਨ ਸ਼੍ਰੀ ਰਾਮ ਦਾ ਨਾਮ ਜਪ ਕੇ ਹੀ ਜੀਵਨ ਵਿੱਚ ਸਾਰੇ ਸੁੱਖ ਅਤੇ ਮਨ ਦੀ ਸ਼ਾਂਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਮੌਕੇ ਅਸ਼ੋਕ ਸ਼ਰਮਾ, ਵਿਨੋਦ ਸ਼ਰਮਾ, ਤਾਨਿਆ ਸ਼ਰਮਾ, ਅਰਵਿੰਦ ਸ਼ਰਮਾ, ਦੀਪਕ ਕੁਮਾਰ, ਧਰਮਪਾਲ ਸਪਰਾ, ਪ੍ਰਿੰਸ ਸ਼ਰਮਾ ਅਤੇ ਸ਼੍ਰੀਮਤੀ ਪ੍ਰਵੀਨ ਕਪੂਰ ਜੀ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਕ੍ਰਿਸ਼ਨ ਜਨਮਾਸ਼ਟਮੀ ਦੇ ਸੰਬੰਧ ਵਿੱਚ ਅੰਮ੍ਰਿਤਮਈ ਸ਼੍ਰੀਮਦ ਭਾਗਵਤ ਕਥਾ ਦਾ ਆਯੋਜਨ ਗੋਪਾਲ ਮੰਦਿਰ ਗੋਪਾਲ ਨਗਰ ਮਜੀਠਾ ਰੋਡ ਵਿਖੇ 19 ਅਗਸਤ ਤੋਂ 25 ਅਗਸਤ ਤੱਕ ਕੀਤਾ ਜਾ ਰਿਹਾ, ਜਿਸ ਵਿੱਚ ਕਥਾ ਅਭਿਆਸ ਇੰਦਰਾ ਅਨੁਜ ਦਾਸ ਕਥਾ ਕਰ ਰਹੇ ਹਨ। ਗੋਪਾਲ ਮੰਦਿਰ ਸੁਸਾਇਟੀ ਵੱਲੋਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਕਿ ਇਸ ਕਥਾ ਵਿੱਚ ਹਾਜ਼ਰੀਆਂ ਭਰ ਕੇ ਕ੍ਰਿਸ਼ਨ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਦੇ ਮੌਕੇ ਤੇ ਪਰਮ ਸੰਤ ਅਦਵਾਸ ਸਰੂਪ ਸ਼੍ਰੀ ਆਰਤੀ ਦੇਵਾ ਜੀ ਮਹਾਰਾਜ ਦੀ ਪ੍ਰਧਾਨਗੀ ਹੇਠ ਛਿਆਟਾ ਦੇ ਵੱਖ ਵੱਖ ਖੇਤਰਾਂ ਵਿੱਚ 17 ਅਗਸਤ ਤੋਂ 26 ਅਗਸਤ ਤੱਕ ਪ੍ਰਭਾਤ ਫੇਰੀਆਂ ਦਾ ਆਯੋਜਨ ਕੀਤਾ ਜਾ ਰਿਹਾ। ਰੋਜ਼ਾਨਾ ਅੰਮ੍ਰਿਤ ਵੇਲਾ 3 ਵਜੇ ਮੰਦਿਰ ਤੋਂ ਸ਼ੁਰੂ ਹੋਵੇਗਾ। 26 ਅਗਸਤ ਨੂੰ ਸ਼੍ਰੀ ਜਨਮਅਸ਼ਟਮੀ ਵਾਲੇ ਦਿਨ ਸਵੇਰੇ 8 ਵਜੇ ਹਰੇ ਰਾਮ ਹਰੇ ਕ੍ਰਿਸ਼ਨ ਮਹਾਮੰਤਰ ਦੇ ਜਾਪ ਕੀਤੇ ਜਾਣਗੇ। ਰਾਤ ਨੂੰ ਜਨਮਅਸ਼ਟਮੀ ਬੜੀ ਧੂਮਧਾਮ ਨਾਲ ਮਨਾਈ ਜਾਵੇਗੀ। ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫੇਰ ਤੋਂ। ਦਬੁਰਜੀ ਫਾਇਰਿੰਗ ਮਾਮਲੇ ਸੰਬੰਧੀ ਸਪੈਸ਼ਲ ਡੀਜੀਪੀ ਨੇ ਅੰਮ੍ਰਿਤਸਰ ਦਾ ਕੀਤਾ ਦੌਰਾ। NRI ਤੇ ਹੋਈ ਗੋਲੀਬਾਰੀ ਦੇ ਦੋਸ਼ੀ ਗ੍ਰਿਫਤਾਰ, ਕਮਿਸ਼ਨਰ ਪੁਲਿਸ ਨੇ ਦਿੱਤੀ ਜਾਣਕਾਰੀ। ਤਰਨ ਤਾਰਨ ਵਿੱਚ ਫਿਰੌਤੀ ਮੰਗਣ ਵਾਲਾ ਦੋਸ਼ੀ ਚੜਿਆ ਪੁਲਿਸ ਦੇ ਹੱਥੇ, SSP ਗੌਰਵ ਤੂਰਾ ਨੇ ਕੀਤੀ ਪ੍ਰੈਸ ਕਾਨਫਰੰਸ। ਇਹ ਸਨ ਅੱਜ ਦੀਆਂ ਖਬਰਾਂ, ਹੁਣ ਅਸੀਂ ਮਿਲਾਂਗੇ ਅਗਲੇ ਬੁਲੇਟਿਨ ਵਿੱਚ। ਹੁਣ ਮੈਨੂੰ ਦਿਓ ਇਜਾਜ਼ਤ, ਧੰਨਵਾਦ।